ਗੁਰਮੁਖ ਪਿਆਰਿਓ 52 ਰਾਜੇ ਹੀ ਕਿਉਂ ਆਜ਼ਾਦ ਕਰਵਾਏ ਗਏ ਗਰੀਬ ਕਿਉਂ ਨੇ 6ਵੀਂ ਪਾਤਸ਼ਾਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਗਵਾਲੀਅਰ ਦਾ ਕਿਲਾ ਕੁਝ ਲੋਕਾਂ ਨੇ ਉਹਦੇ ਵਿੱਚ ਕਿੰਤੋਂ ਪ੍ਰੰਤੋਂ ਸ਼ੁਰੂ ਕਰ ਦਿੱਤਾ ਕਿ 52 ਰਾਜੇ ਹੀ ਕਿਉਂ ਆਜ਼ਾਦ ਕਰਵਾਏ ਗਰੀਬ ਕਿਉਂ ਨੇ ਹੁਣ ਤੇ ਬਹੁਤ ਵੱਡਾ ਸਵਾਲ ਐ ਸਾਧ ਸੰਗਤ ਇਹ ਆਪਾਂ ਇੱਥੇ ਬੇਨਤੀਆਂ ਨੂੰ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਸਾਰੀ ਸੰਗਤ ਨਾਲ ਜੁੜੇ ਹੋ ਜੀ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹੋ ਜੇ ਲੋਕਾਂ ਨੂੰ ਸਮਤ ਦੇਣ ਜਿਹੜੇ ਇਦਾਂ ਦੇ ਸਵਾਲ ਇਦਾਂ ਦੀਆਂ ਗੱਲਾਂ-ਵਾਤਾਂ ਨੂੰ ਘਟਦੇ ਨੇ ਜਿਨ੍ਹਾਂ ਦਾ ਸਬੰਧ ਕਿਸੇ ਪ੍ਰਕਾਰ ਵੀ ਕੋਈ ਗੁਰਮਤ ਦੇ ਨਾਲ ਨਹੀਂ ਹੈ ਜੜੀਆਂ ਸਿੱਧੀਆਂ-ਸਿੱਧੀਆਂ ਗੱਲਾਂ ਇਹ ਅਹਿਸਾਸ ਕਰਾਉਂਦੀਆਂ ਨੇ ਕਿ ਇਹ ਲੋਕ ਨਿਸ਼ਰਦਕ ਨੇ ਨਿਸ਼ਰਦਕ ਪੁਣੇ ਵਾਲੀਆਂ ਚੀਜ਼ਾਂ ਨੂੰ ਇਹ ਲੋਕ ਪ੍ਰਮੋਟ ਪਏ ਕਰਦੇ ਨੇ ਬੇਨਤੀ ਕਰਦੇ ਵਾਂ ਸਾਧ ਸੰਗਤ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਪਹਿਨੀਆਂ ਨਾ ਇੱਕ ਮੀਰੀ ਦੀ ਇੱਕ ਪੀਰੀ ਦੀ ਉਦੋਂ ਹਕੂਮਤ ਨੂੰ ਬਹੁਤ ਸਾਰੀਆਂ ਅੱਗਾਂ ਲਗੀਆਂ ਹਕੂਮਤ ਨੇ ਬਹੁਤ ਸਾਰਾ ਜ਼ਿਰਾ ਕੀਤੀ ਕਿ ਜੀ ਤਾਂ ਦੋ ਤਲਵਾਰਾਂ ਪੈਨ ਲੀਆਂ ਬਾਦਸ਼ਾਹ ਦੇ ਹੁਕਮਾਂ ਦੇ ਉਲੰਘਣਾ ਕਰਦੇ ਨੇ ਇਹ ਤਾਂ ਗਤਕਾ ਸਿਖਾਉਂਦੇ ਨੇ ਜੀ ਇਹ ਤਾਂ ਦਸਤਾਰ ਵੀ ਬੰਨਦੇ ਨੇ ਜੀ ਘੋੜੇ ਰੱਖਦੇ ਨੇ ਇਹ ਤਲਵਾਰਾਂ ਪਹਿਨਦੇ ਨੇ ਤਲਵਾਰਾਂ ਪਹਿਨ ਕੇ ਚੱਲਦੇ ਨੇ ਜੀ ਆਏ ਆ ਜੀ ਇਹ ਮਾਰੋ ਧਾੜ ਕਰਨਗੇ ਜੀ ਆਏ ਆ ਜੀ ਬਹੁਤ ਸਾਰੀਆਂ ਗੱਲਾਂ ਜਿਵੇਂ ਅੱਜ ਵੀ ਹੁੰਦੀਆਂ ਨੇ। ਹਕੂਮਤ ਦੇ ਕੰਨ ਭਰਨ ਵਾਲੇ ਲੋਕ ਬਹੁਤ ਹੁੰਦੇ ਨੇ। ਸਿੱਖੀ ਪ੍ਰਤੀ ਗੁਰੂ ਨਿੰਦਕ ਲੋਕ, ਗੁਰੂ ਘਰ ਦੇ ਦੋਖੀ ਉਸ ਵੇਲੇ ਵੀ ਮੌਜੂਦ ਸੀ ਪਿਆਰਿਓ। ਜਹਾਂਗੀਰ ਨੇ ਕੀ ਕੀਤਾ? ਉਸ ਵੇਲੇ ਕਹਿੰਦੇ ਉਹਨੇ ਸੋਚਿਆ ਵੀ ਕਿਉਂ ਨਾ ਗੁਰੂ 파ਰਸ਼ਾ ਨੂੰ ਬੰਦੀ ਬਣਾ ਲਿਆ ਜਾ ਸਾਡੇ ਹੁਕਮਾਂ ਦੀ ਉਲੰਘਣਾ ਕਰਦੇ ਨੇ। ਇਹ ਤਾਂ ਆਪਣੇ ਪਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਾਡੇ ਤੋਂ ਬਦਲਾ ਲੈਣ ਦੇ ਲਈ ਤਲਵਾਰਾਂ ਪਹਿਨੀਆਂ ਨੇ ਸਾਡੀ ਤਖਤ ਨੂੰ ਖਤਰਾ ਹੈ ਸਾਨੂੰ ਖਤਰਾ ਹੈ ਸਾਡੇ ਆਪ ਦੇ ਆਪ ਨੂੰ ਖਤਰਾ ਹੈ ਇਹਨਾਂ ਨੂੰ ਤਾਂ ਬੰਦੀ ਬਣਾ ਲੈਣਾ ਚਾਹੀਦਾ ਕਹਿੰਦੇ ਜੀ ਬੰਦੀ ਬਣਾ ਲਿਆ ਦਿੱਲੀ ਬੁਲਾ ਲਿਆ ਦਿੱਲੀ ਤੋਂ ਗਵਾਲੀਅਰ ਭੇਜਦਾ ਤੇ ਸਰਸੰਗਤ ਜਿੱਥੇ ਕਿਲੇ ਦੇ ਵਿੱਚ ਜਾ ਕੇ ਉਹਨਾਂ ਨੂੰ ਕੈਦ ਕੀਤਾ ਨਾ ਗਵਾਲੀਅਰ ਦਾ ਉਹ ਕਿਲਾ ਜਿਹਨੂੰ ਅਸੀਂ ਅੱਜ ਵੀ ਦੇਖਦੇ ਆ ਅੱਜ ਵੀ ਉਹ ਕਿਲਾ ਮੌਜੂਦ ਹੈ ਉਥੇ ਜਿਹੜੇ 52 ਰਾਜੇ ਸੀ 22 ਧਾਰ ਦੇ ਰਾਜੇ ਪਹਿਲਾਂ ਹੀ ਕੈਦ ਸੀ ਹੁਣ ਸਵਾਲ ਇਹ ਹੈ ਵੀ ਉਥੇ ਰਾਜੇ ਕੈਦ ਸੀ ਗਰੀਬ ਬੰਦੇ ਨਹੀਂ ਗਰੀਬ ਬੰਦੇ ਨਹੀਂ ਉਥੇ ਗਰੀਬ ਬੰਦਾ ਦਾ ਕੰਮ ਕੀ ਸੀ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜਾ ਪਹਿਲਾਂ ਸਵਾਲ ਕਰਦੇ ਨੇ ਵੀ ਰਾਜੇ ਕਿਉਂ ਆਜ਼ਾਦ ਕਰਵਾਏ ਗਰੀਬ ਕਿਉਂ ਨਹੀਂ ਉਹ ਜਿਹੜਾ ਮਹੱਲ ਸੀ ਉਹ ਜਿਹੜਾ ਕਿਲਾ ਸੀ ਸਾਧ ਸੰਗਤ ਉਹ ਰਾਜਿਆਂ ਲਈ ਸੀ ਉਥੇ ਰਾਜਿਆਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ ਉਹਦਾ ਕਾਰਨ ਕੀ ਸੀ ਉਹਨਾਂ ਰਾਜਿਆਂ ਦਾ ਰਾਜ ਭਾਗ ਹਤਿਆ ਲਿਆ ਜਾਂਦਾ ਸੀ ਉਹਨਾਂ ਰਾਜਿਆਂ ਨੂੰ ਬੰਦਕ ਬਣਾਇਆ ਗਿਆ ਸੀ ਉਹਨਾਂ ਦੀਆਂ ਰਾਣੀਆਂ ਉਹਨਾਂ ਦੇ ਰਾਜ ਭਾਗ ਹਾਥੀ ਘੋੜੇ ਵਜ਼ੀਰ ਸਭ ਕੁਝ ਹਕੂਮਤ ਜਿਹੜੀ ਸੀ ਹਤਿਆ ਲੈਂਦੀ ਸੀ ਜਿਹੜਾ ਤਗੜਾ ਸੀ ਉਹ ਛੋਟੇ ਨੂੰ ਦਬਾ ਲੈਂਦਾ ਸੀ ਇਹ ਸਿਸਟਮ ਸੀ ਹੁਣ ਗਰੀਬ ਬੰਦੇ ਕੋਲੋਂ ਉਹ ਕੀ ਕੱਢਦੇ ਕੀ ਹਤਿ ਆਉਂਦੇ ਗਰੀਬ ਬੰਦੇ ਦਾ ਰਾਜੇ ਸੀ ਉਹਨਾਂ ਕੋਲੇ ਰਿਆਸਤਾਂ ਸੀ ਉਹਨਾਂ ਦੇ ਇਲਾਕਿਆਂ ਤੇ ਕਬਜ਼ਾ ਕਰਨ ਦੇ ਲਈ ਉਹਨਾਂ ਰਾਜਿਆਂ ਨੂੰ ਬੰਦਕ ਬਣਾ ਲਿਆ ਜਾਂਦਾ ਸੀ ਤੇ ਉਹਨਾਂ ਦੀ ਪਰਜਾ ਜਿਹੜੀ ਸੀ ਉਹ ਗੋਡੇ ਟੇਕ ਦਿੰਦੀ ਸੀ ਚਲੋ ਜੀ ਉਹਨਾਂ ਨੂੰ ਆਪਣਾ ਗੁਲਾਮ ਬਣਾ ਲਿਆ ਜਾਂਦਾ ਸੀ ਦਿੱਲੀ ਦਾ ਇਹੋ ਕੰਮ ਸੀ ਜੀ ਅੱਜ ਵੀ ਇਹੋ ਹੀ ਕੰਮ ਹੈ ਉਦੋਂ ਵੀ ਇਹੋ ਕੰਮ ਸੀ ਧਿਆਨ ਨਾਲ ਸੁਣਿਓ ਥੋੜਾ ਜਿਹਾ ਦੇ ਸਾਥ ਸੰਗਤ 52 ਰਾਜੇ ਇਸ ਕਰਕੇ ਸੀ ਉਹ 52 ਰਾਜੇ ਵੱਖੋ-ਵੱਖਰੀਆਂ रियासतਾਂ ਦੇ ਰਾਜੇ ਸੀ ਉਹਨਾਂ ਰਾਜਿਆਂ ਦੇ ਰਾਜ ਭਾਗਾਂ ਤੇ ਕਬਜ਼ਾ ਕਰਕੇ ਉਹਨਾਂ ਨੂੰ ਬੰਦਕ ਬਣਾਇਆ ਗਿਆ ਸੀ ਤੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਜਦੋਂ ਪਾਤਸ਼ਾਹ ਉਸ ਕਿਲੇ ਦੇ ਵਿੱਚ ਪਹੁੰਚੇ ਉਹਨਾਂ ਨੂੰ ਵੀ ਉਸੇ ਕਿਲੇ ਦੇ ਵਿੱਚ ਰੱਖ ਦਿੱਤਾ ਗਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਸ ਕਿਲੇ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਰਾਜਿਆਂ ਦੇ ਨਾਲ ਉਹ ਰੋਜ਼ ਵਿਚਾਰਾਂ ਕਰਦੇ ਸਤਸੰਗਤ ਕਰਦੇ ਦੀਵਾਨ ਸਜਦੇ ਸੰਗਤ ਜਾਂਦੀ ਗਵਾਲੀਅਰ ਜਾਂਦੀ ਅੰਮ੍ਰਿਤਸਰ ਤੋਂ ਚੱਲ ਕੇ ਹੋਰ ਵੀ ਦੂਰ ਦਰਾੜਿਆਂ ਤੋਂ ਸੰਗਤ ਕੋਨੇ-ਕੋਨੇ ਤੋਂ ਆਉਂਦੀ ਤੇ ਪਾਤਸ਼ਾਹ ਨੂੰ ਮਿਲਣ ਨਾ ਦਿੱਤਾ ਜਾਂਦਾ ਤੇ ਕਿਲੇ ਦੀਆਂ ਦੀਵਾਰਾਂ ਨੂੰ ਨਮਸ਼ਕਾਰਾਂ ਕਰਕੇ ਚੁੰਮ ਕੇ ਮੱਥਾ ਟੇਕ ਕੇ ਸੰਗਤ ਵਾਪਸ ਆ ਜਾਂਦੀ ਹੁਕਮ ਨਹੀਂ ਸੀ ਵੀ ਸਤਗੁਰੂ ਦੇ ਨਾਲ ਮਿਲਿਆ ਜਾਏ ਕਈ ਵਾਰੀ ਬਾਦਸ਼ਾਹ ਨੂੰ ਕਿਹਾ ਵੀ ਸਾਤ ਸੰਗਤ ਬਾਦਸ਼ਾ ਨੇ ਇਸ ਗੱਲ ਤੇ ਗੌਰ ਨਹੀਂ ਕੀਤਾ ਕਿਉਂਕਿ ਉਹ ਮਹਿਮਾ ਤੋਂ ਜਾਣੂ ਨਹੀਂ ਸੀ ਇੱਕ ਵਾਰੀ ਕਿਨੇ ਸਤਗੁਰ ਸੱਚੇ ਪਾਤਸ਼ਾਹ ਦੀ ਇਹੋ ਜੀ ਕਿਰਪਾ ਹੋਈ ਤੇ ਜਿਹੜਾ ਜਹਾਂਗੀਰ ਬਾਦਸ਼ਾ ਸੀ ਨਾ ਉਹਨੂੰ ਇਹੋ ਜੀ ਭਿਆਨਕ ਬਿਮਾਰੀ ਲੱਗੀ ਸਾਰੇ ਵੈਦ ਹਕੀਮ ਹੰਮ ਗਏ ਕਹਿੰਦੇ ਬਿਮਾਰੀ ਠੀਕ ਨਾ ਹੋਈ ਕਹਿੰਦੇ ਨੇ ਇੱਕ ਦਿਨ ਉਹਨਾਂ ਕੋਲੇ ਇੱਕ ਗੁਰਸਿੱਖ ਸੂਝਬਾਨ ਜਿਸ ਨੇ ਖਬਰ ਪਹੁੰਚਾਈ ਕਹਿੰਦੇ ਤੁਸੀਂ ਗੁਰੂ ਪਾਤਸ਼ਾਹ ਨੂੰ ਆਜ਼ਾਦ ਕਰਦੇ ਹੋ ਤੁਹਾਡੀ ਬਿਮਾਰੀ ਹੈ ਨਾ ਫੇਰ ਹੀ ਠੀਕ ਹੋਏਗੀ ਉਦੋਂ ਪਹਿਲਾਂ ਤੁਹਾਡੀ ਬਿਮਾਰੀ ਨਹੀਂ ਠੀਕ ਹੋਣੀ ਚਾਹੀਏ ਤੁਸੀਂ ਸਮਝਦੇ ਹੋ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਗੱਲ ਕੀਤੀ ਗਈ ਪਾਤਸ਼ਾਹ ਜੀ ਤੁਹਾਨੂੰ ਰਿਹਾ ਕਰਨਾ ਚਾਹੁੰਦੇ ਨੇ ਫਰਸ਼ਾ ਕਹਿੰਦੇ ਅਸੀਂ ਨਹੀਂ ਥੋ ਜਾਣਾ ਅਸੀਂ ਇਕੱਲੇ ਨਹੀਂ ਜਾਣਾ ਜੇ ਜਾਵਾਂਗੇ ਤੇ ਇਹ ਰਾਜੇ ਵੀ ਸਾਡੇ ਨਾਲ ਜਾਣਗੇ ਤੇ ਹੁਣ ਜਹਾਂਗੀਰ ਕਹਿੰਦਾ ਮੈਂ ਰਾਜੇ ਛੱਡਣੇ ਕੋ ਨਹੀਂ ਮੈਂ ਰਾਜੇ ਛੱਡੀ ਨਹੀਂ ਸਕਦਾ ਉਹਨੂੰ ਪਤਾ ਸੀ ਵੀ ਫਿਰ ਮੇਰਾ ਰਾਜ ਭਾਗ ਜਿਹੜਾ ਸੀ ਉਹ ਜਾਏਗਾ ਇਹ ਰਾਜੇ ਆਪੋ ਆਪਣੀਆਂ ਰਿਆਸਤਾਂ 'ਚ ਮੁੜ ਜਾਣਗੇ ਕਹਿੰਦਾ ਨਹੀਂ ਫੇ ਕਹਿੰਦੇ ਵੀ ਬਿਮਾਰੀ ਨਹੀਂ ਤੁਹਾਡੀ ਠੀਕ ਹੋਣੀ ਉਹ ਕਹਿੰਦਾ ਠੀਕ ਹੈ ਵੀ ਇੰਜਾਂ ਕਰੋ ਗੁਰੂ ਪਾਤਸ਼ਾਹ ਨੂੰ ਕਹਿ ਦਿਓ ਜਿੰਨੇ ਉਹ ਰਾਜੇ ਆਪਣੇ ਚੋਲੇ ਦੀਆਂ ਕਲੀਆਂ ਨਾਲ ਬਾਹਰ ਲਿਜਾ ਸਕਦੇ ਨੇ ਲੈ ਜਾਣ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਪਾਤਸ਼ਾਹ ਨੇ ਰਾਤੋਂ ਰਾਤ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਸਾਹ ਸੰਗਤ 52 ਕਲੀਆਂ ਫੜ ਕੇ ਦੂਸਰੇ ਦਿਨ ਸਤਗੁਰ ਦੇ ਚੋਲੇ ਦੀਆਂ ਉਹ 52 ਰਾਜੇ ਕਿਲੇ ਤੋਂ ਬਾਹਰ ਆ ਗਏ ਤੇ 52 ਦੇ 52 ਰਾਜੇ ਉਥੋਂ ਆਜ਼ਾਦ ਕਰਵਾ ਦਿੱਤੇ ਆਪੋ ਆਪਣੀਆਂ ਰਿਆਸਤਾਂ ਨੂੰ ਭੇਜ ਦਿੱਤੇ ਤੇ ਸਤਗੁਰੂ ਉਥੋਂ ਚੱਲੇ ਤੇ ਪਿਆਰਿਓ ਸਤਗੁਰੂ ਆ ਕੇ ਆਪ ਅੰਮ੍ਰਿਤਸਰ ਦੇ ਵਿੱਚ ਠਹਿਰੇ ਹੁਣ ਜਿਹੜਾ ਸਵਾਲ ਸੀ ਕਹਿੰਦੇ ਜੀ 52 ਰਾਜੇ ਹੀ ਕਿਉਂ ਆਜ਼ਾਦ ਕਰਵਾਏ ਗਰੀਬ ਕਿਉਂ ਨਹੀਂ ਉਥੇ 52 ਰਾਜੇ ਹੀ ਮੌਜੂਦ ਸੀ ਗਰੀਬ ਬੰਦੇ ਦਾ ਉਥੇ ਕੰਮ ਕੀ ਸੀ ਭਈ ਜੇ ਕੋਈ ਹੋਰ ਹੁੰਦਾ ਤੇ ਸਤਿਗੁਰ ਦੀ ਮਹਿਮਾ ਐਡੀ ਵੱਡੀ ਐ ਤੇ ਸਤਿਗੁਰ ਉਹਨੂੰ ਵੀ ਆਜ਼ਾਦ ਕਰਵਾ ਲੈਂਦੇ ਪਰ ਉੱਥੇ 52 ਰਾਜੇ ਹੀ ਅੰਦਰ ਕੈਦ ਦੇ ਵਿੱਚ ਸੀ ਪਿਆਰਿਓ ਉਹਨਾਂ 52 ਨੂੰ ਸਤਿਗੁਰ ਨੇ ਬੰਦੀ ਛੋੜ ਦੇ ਦਿੱਤੀ ਤੇ ਪਿਆਰਿਓ ਅਸੀਂ ਤੇ ਸਭ ਕੁਝ ਆ ਅਸੀਂ ਤੇ ਕੈਦ ਵੀ ਨਹੀਂ ਆ ਅਸੀਂ ਫਿਰ ਵੀ ਗੁਰੂ ਤੋਂ ਮੁੱਖ ਮੋੜੀ ਫਿਰਦੇ ਆ ਸਾਡਾ ਸਾਡਾ ਬੰਦੀ ਛੋੜ ਕਿਦਨ ਹੋਏਗਾ ਸੋ ਪਿਆਰਿਓ ਉੱਥੋਂ ਸਤਿਗੁਰ ਤੁਰੇ ਤੇ ਸਤਿਗੁਰ ਆਕੇ ਆਪ ਅੰਮ੍ਰਿਤਸਰ ਪਹੁੰਚੇ ਜਿਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਦੀਵੇ ਜਗਾਏ ਗਏ ਤੇ ਬਾਬਾ ਬੁੱਢਾ ਜੀ ਨੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਚੌਕੀਆਂ ਕੱਢੀਆਂ ਪਿਆਰਿਓ ਯਾਦ ਰੱਖਿਓ ਦੀਵਾਲੀ ਹੋ ਗਈ ਹੋਰਾਂ ਦੀ ਪਰ ਸਾਡਾ ਇਹ ਬੰਦੀ ਛੋੜ ਦਿਵਸ ਹੈ ਪਿਆਰਿਓ ਤੇ ਯਾਦ ਰੱਖਿਓ ਇਸ ਬੰਦੀ ਛੋੜ ਦਿਵਸ ਦੀਆਂ ਮੈਂ ਸਮੂਹ ਸੰਗਤਾਂ ਨੂੰ ਬਹੁਤ ਸਾਰੀਆਂ ਵਧਾਈਆਂ ਦੇਣੀਆਂ ਚਾਹੁੰਨਾ ਬਹੁਤ ਬਹੁਤ ਮੁਬਾਰਕਬਾਦ ਤੇ ਯਾਦ ਰੱਖਿਓ ਸਾਲ ਸੰਗਤੇ ਬੰਦੀ ਛੋੜ ਐ ਸਤਗੁਰ ਨੇ ਸੱਚਮੁੱਚ ਬੰਦੀ ਛੋੜ ਕੀਤੀ ਤੇ ਯਾਦ ਰੱਖਿਓ ਜਿਹੜਾ ਵੀ ਗੁਰੂ ਨਾਲ ਜੁੜਦਾ ਉਹਦੀ ਸੱਚਮੁੱਚ ਗੁਰੂ ਪਾਤਸ਼ਾਹ ਜੀ ਵਹਿਮਾਂ ਭਰਮਾਂ ਕਰਮਕਾਂਡ ਪਖੰਡਾਂ ਵੱਲੋਂ ਝੰਡੜ ਝਮੇਲਿਆਂ ਵੱਲੋਂ ਬੰਦੀ ਛੋੜਤਾ ਕਰਵਾ ਦਿੰਦੇ ਨੇ ਇੱਕ ਵਾਰੀ ਨਾਲ ਜੁੜ ਕੇ ਤਾਂ ਵੇਖਿਓ ਗੁਰੂ ਤੇ ਜਿਸ ਤਰ੍ਹਾਂ ਬਵੰਜਾ ਰਾਜੇ ਆਜ਼ਾਦ ਕਰਵਾ ਦਿੱਤੇ ਸਾਨੂੰ ਵੀ ਇਸ ਸੰਸਾਰ ਰੂਪੀ ਬਬਜਲ ਤੋਂ ਸਤਗੁਰ ਨੇ ਆਜ਼ਾਦ ਕਰਵਾ ਦੇਣਾ ਟੈਨਸ਼ਨ ਫਿਕਰਾਂ ਤੋਂ ਆਜ਼ਾਦ ਕਰਵਾ ਦੇਣਾ ਜੁੜਿਓ ਜੀ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ